ਬੰਦਾ ਤੁਰ ਜਾਂਦਾ ਜੱਗ ਤੋਂ, ਯਾਦਾਂ ਰਹਿ ਜਾਂਦੀਆਂ ਨੇ। ਸੋ ਦੇਵ ਭਾਅ ਜੀ ਦਾ ਇਸ ਵੇਲੇ ਸਾਡੇ ਵਿੱਚੋਂ ਵਿਛੜ ਜਾਣਾ ਸਾਡੇ ਲਈ ਨਹੀਂ ਬਲਕਿ ਕੁੱਲ ਪੰਜਾਬ ਪੰਜਾਬੀਅਤ ਲਈ ਬਹੁਤ ਵੱਡਾ ਘਾਟਾ ਹੈ। ਮੁਸ਼ਕਲ ਦੀ ਘੜੀ ਅੱਜ, ਵਧੀਆ ਨਹੀਂ ਹੈ ਇਹ ਦਿਨ, ਬਹੁਤ ਮਾੜਾ ਦਿਨ ਹੈ। ਇਸ ਤਰ੍ਹਾਂ ਉਹਨਾਂ ਦਾ ਖਾਮੋਸ਼ ਹੋ ਜਾਣਾ, ਇਸ ਤਰ੍ਹਾਂ ਉਹਨਾਂ ਦਾ ਰੁਖਸਤ ਹੋ ਜਾਣਾ ਬੜਾ ਦੁਖਦਾਈ ਲੱਗਿਆ। ਇੱਧਰਲੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਉਹ ਮਹਾਨ ਕਲਮ, ਜੋ ਗੀਤਕਾਰੀ ਦੇ ਵਿੱਚ ਜਿਨ੍ਹਾਂ ਨੂੰ ਕਿੰਗ ਆਫ ਕਲਮ ਕਿਹਾ ਜਾ ਸਕਦਾ, ਜਿਨ੍ਹਾਂ ਨੇ ਜੋ ਲਿਖਿਆ ਪ੍ਰਵਾਨ ਹੋਇਆ ਔਰ ਉਸਦਾ ਸਨਮਾਨ ਹੋਇਆ। ਇੰਨੇ ਬਿਮਾਰ ਸੀਗੇ ਜੀ, ਯਾਨੀ ਇੱਕਦਮ ਝੱਲੇ ਹੋ ਗਏ, ਇੱਕਦਮ ਝੱਲੇ ਹੋਣ ਤੋਂ ਬਾਅਦ ਡਾਕਟਰ ਕੋਲ ਲੈ ਗਏ, ਦੋਸਤਾਂ ਨੂੰ ਦਵਾਈ ਦਿੱਤੀ, ਵਾਪਸ ਫਿਰ ਐਡਮਿਟ ਕਰਾਉਣਾ ਪਿਆ ਦੂਜੇ ਦਿਨ। ਐਡਮਿਟ ਕਰਾਇਆ 2000 ਰੁਪਏ। ਸਾਡਾ ਪਰਿਵਾਰ, ਜਦੋਂ ਤੱਕ ਸਾਡੀ ਫੈਮਿਲੀ ਦੇ ਬੱਚੇ ਸਿੰਗਿੰਗ ਲਾਈਨ ਨਾਲ ਜੁੜੇ ਰਹਿਣਗੇ, ਉਹ ਕਦੇ ਵੀ ਇਹਨਾਂ ਦਾ ਆਸਾਨ ਨਹੀਂ ਭੁੱਲਣਗੇ। ਸਾਡੇ ਲਈ ਬਹੁਤ ਵੱਡੀ ਗੱਲ ਹੈ। ਦੋਨਾਂ ਦਾ ਇੱਕ ਜਿਵੇਂ ਕਹਿ ਦਈਏ ਰਾਸ਼ੀ ਮਿਲ ਗਈ ਸੀ, ਮੇਲ ਜੋੜ ਸੀ ਇਕੱਠਾ। ਉਹ ਸਮਝਾਉਂਦੇ ਵੀ ਸੀ, ਵੱਡੇ ਸੀ, ਉਮਰ 'ਚ ਝਿੜਕਦੇ ਵੀ ਸੀ, ਪਰ ਅੱਜ ਦੁਬਾਰਾ ਇਹ ਚੀਜ਼ ਹੋ ਰਹੀ ਹੈ ਸਾਨੂੰ ਵੀ ਸਾਡੇ ਪਰਿਵਾਰ ਲਈ ਤਾਂ ਬਹੁਤ ਵੱਡਾ ਘਾਟਾ ਹੈ। ਜਿਹੜੀ ਦੁਨੀਆ ਅਫਸੋਸ ਕਰਨ ਲਈ ਪਹੁੰਚੀ ਹੈ, ਸਾਡੇ ਦੇਵ ਤਰੀਕੇ ਵਾਲੇ ਬਾਜੀ, ਸਾਡੇ ਬਹੁਤ ਹੀ ਸਤਿਕਾਰਯੋਗ, ਸਾਡੀ ਗੀਤਕਾਰੀ ਦਾ ਥੰਮ, ਸਾਡੇ ਕਲਾਕਾਰਾਂ ਦੇ ਵੀ, ਸਾਡੇ ਗੀਤਕਾਰਾਂ ਦੇ ਵੀ ਉਸਤਾਦ ਦਾ ਸਮਾਨ। ਇਹ ਲੋਕ ਜੱਗ 'ਤੇ ਨਹੀਂ ਰਹੇ, ਇਹ ਨਾ ਪੂਰਾ ਹੋਣ ਵਾਲਾ ਹੁਣ ਘਾਟਾ ਪਿਆ। ਬਹੁਤ ਹੀ ਜ਼ਿਆਦਾ ਸੈਡ ਫੀਲ ਕਰਨਾ ਵੀ ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ, ਉਸ ਤਰ੍ਹਾਂ ਦੇਵ ਤਰੀਕਿਆਂ ਵਾਲੇ, ਉਹਨਾਂ ਨੇ ਆਪਣਾ ਨਾਮ ਅਤੇ ਜਿਵੇਂ ਇਹਨਾਂ ਦਾ ਨਾਮ ਰੋਸ਼ਨ ਕੀਤਾ, ਪਿੰਡ ਦਾ ਨਾਮ ਵੀ ਰੋਸ਼ਨ ਕੀਤਾ, ਉਸੇ ਤਰ੍ਹਾਂ ਇੰਡੀਆ ਦਾ ਨਾਮ ਰੋਸ਼ਨ ਹੈ ਸਾਰੇ ਵਰਲਡ ਦੇ ਵਿੱਚ, ਇਸ ਦੁਨੀਆਂ ਦੇ ਵਿੱਚ। ਅਤੇ ਬੜਾ ਮਨ ਨੂੰ ਧੱਕਾ ਲੱਗਿਆ, ਕਿਉਂਕਿ ਹਾਲੇ 20 ਦਿਨ ਪਹਿਲਾਂ ਹੀ ਮੈਂ ਆਪਣੇ ਕੁਛ ਮਿੱਤਰਾਂ ਦੇ ਨਾਲ, ਜਿਨ੍ਹਾਂ ਵਿੱਚ ਦਿੱਲੀ ਤੋਂ ਡਾਕਟਰ ਅਵਤਾਰ ਸ਼ਾਸਤਰੀ ਜੀ, ਭਾਈ ਗੁਰਜੀਤ ਕੋਹਲੀ ਹੋਣੀ, ਅਤੇ ਅਸੀਂ ਇਕੱਠੇ ਹੋ ਕੇ ਉਹਨਾਂ ਨੂੰ ਮਿਲਣ ਗਏ, ਅਤੇ ਉਹਨਾਂ ਦੇ ਨਾਲ ਕੋਈ 2 ਘੰਟੇ ਦਾ ਸਮਾਂ ਬਤੀਤ ਕੀਤਾ ਉਹਨਾਂ ਦੇ ਘਰੇ, ਉਹਨਾਂ ਦੇ ਮੰਜੇ 'ਤੇ ਬੈਠ ਕੇ। ਅਤੇ ਇਸ ਤਰ੍ਹਾਂ ਬੰਦੇ ਦਾ ਤੁਰ ਜਾਣਾ, ਹਾਲੇ ਤਾਂ ਮੇਰੇ ਨਾਲ ਉਹਨਾਂ ਦਾ ਵਾਅਦਾ ਸੀ ਕਿ ਇੱਕ ਗੀਤ ਤੇਰੇ ਲਈ ਮੈਂ ਹੋਰ ਲਿਖਣਾ।